ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ 252500 ਤੇ ਵੱਡੀ ਅਪਡੇਟ ਨਿਕਲ ਕੇ ਆ ਚੁੱਕੀ ਹੈ ਜੀ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜੀ ਇਹਨਾਂ ਲੋਕਾਂ ਦੇ ਖਾਤਿਆਂ ਵਿੱਚ ਆ ਚੁੱਕੇ ਹਨ ਜੀ 252500 ਰੁਪਏ ਪੈਨਸ਼ਨਾਂ ਸਾਰੀ ਡਿਟੇਲ ਜਾਣਕਾਰੀ ਠਟਣਾ ਸਾਂਝੀ ਕਰਨ ਜਾ ਰਹੇ ਹਾਂ ਜੀ ਠੀਕ ਹੈ ਜੀ ਤੇ ਕਾਫੀ ਜ਼ਿਆਦਾ ਲੋਕਾਂ ਦੇ ਸਾਨੂੰ ਕਮੈਂਟ ਵੀ ਆ ਚੁੱਕੇ ਹਨ ਜੀ ਵੀ ਸਾਡੇ ਜ਼ਿਲ੍ਹੇ ਵਿੱਚ ਜਿਹੜੀ ਹੈ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਗੁਦਾਸਪੁਰ ਬਟਾਲਾ ਅਮ੍ਰਿਸਰ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹੜੀਆਂ ਪੈਚਨਾ ਪਾ ਦਿੱਤੀਆਂ ਗਿਆ ਹਾਂ ਜੀ ਮਾਰਚ ਮਹੀਨੇ ਦੀ ਪੈਨਸ਼ਨ ਤੇ ਵੱਡੀ ਅਪਡੇਟ ਟਾੜਨਾ ਸਾਂਝੀ ਕਰਨ ਜਾ ਰਹੇ ਹਾਂ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਚੈਨਲ ਉਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਪਣੇ ਯਾਰਾਂ ਦੋਸਤਾਂ ਵਿੱਚ ਵੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਦਾ ਲਾਭ ਲੈ ਸਕਣ हां जी दोस्तों सब ਤੋਂ ਪਹਿਲਾਂ ਗੱਲ ਕਰਨੀ ਹੈ ਜੀ ਜਿਨ੍ਹਾਂ ਜਿਨ੍ਹਾਂ ਦੀ ਉਮਰ ਜਿਹੜੀ ਹੈ 58 ਸਾਲ ਤੋਂ ਉੱਪਰ ਹੋ ਚੁੱਕੀ ਹੈ ਜੀ ਤੇ ਉਹਨਾਂ ਨੇ ਹਜੇ ਤੱਕ ਆਪਣੀ ਜਿਹੜੀ ਬੁਢਾਪਾ ਪੈਨਸ਼ਨ ਅਪਲਾਈ ਨਹੀਂ ਕੀਤੀ ਉਹ ਜ਼ਰੂਰ ਤੋਂ ਆਪਣੀ ਬੁਢਾਪਾ ਪੈਨਸ਼ਨ ਅਪਲਾਈ ਕਰ ਲਿਓ ਜੀ ਠੀਕ ਹੈ ਜੀ ਤੇ ਉਸ ਨੂੰ ਅਪਲਾਈ ਕਰਨ ਵਾਸਤੇ ਤੁਹਾਡੇ ਕੋਲ ਆਧਾਰ ਕਾਰਡ ਬੈਂਕ ਖਾਤਾ ਅਕਾਊਂਟ ਨੰਬਰ ਦੀ ਪਲਾਸਟਾ ਦੀ ਕੋ ਵੋਟਰ ਆਈਡੀ ਕਾਰਡ ਤੇ ਪੈਨ ਕਾਰਡ ਹੋਣਾ ਚਾਹੀਦਾ ਹੈ ਜੀ ਤੇ ਇਹ ਸਾਡੇ ਡਾਕੂਮੈਂਟ ਤੁਹਾਡੇ ਲੱਗਣੇ ਆ ਜੀ ਇੱਕ ਪੈਨਸ਼ਨ ਅਪਲਾਈ ਕਰਨ ਦੇ ਵਿੱਚ ਤੁਸੀਂ ਆਪਣੀ ਪੈਨਸ਼ਨ ਜਿਹੜੀ ਹੈ ਸੁਵਿਧਾ ਕੇਂਦਰ ਤੋਂ ਅਪਲਾਈ ਕਰ ਸਕਦੇ ਹੋ ਜੀ ਫਾਈਲ ਲੈ ਕੇ ਤੇ ਉਹਦੇ ਵਿੱਚ ਤੁਸੀਂ ਆਪਣੇ ਮੱਲੇ ਦੇ ਐਮਸੀ ਜਾਂ ਆਪਣੇ ਪਿੰਡ ਦੇ ਸਰਪੰਚਤੀ ਤੁਸੀਂ ਮੋਹਰ ਲਗਾ ਕੇ ਤੇ ਉਸ ਤੋਂ ਬਾਅਦ ਪਟਵਾੜੀ ਦੀ ਮੋਹਰ ਲਗਾ ਕੇ ਤੁਸੀਂ ਫਾਈਲ ਨੂੰ ਸੁਵਿਧਾ ਕੇਂਦਰ ਦੇ ਵਿੱਚ ਵਾਪਸ ਲੈ ਕੇ ਜਾਣਾ ਹੈ ਜੀ ਤੇ ਉੱਥੇ ਤੁਸੀਂ ਫੋਟੋ ਕਰਵਾਣੀ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਪੈਨਸ਼ਨ ਵਾਲਾ ਕਾਰਡ ਹੈ ਜਿਹੜਾ ਤੁਹਾਡੇ ਕੋਰੀਅਰ ਰਾਹੀਂ ਤੁਹਾਡੇ ਘਰ ਬਣ ਕੇ ਆ ਜਾਵੇਗਾ ਤੇ ਉਹ ਜਿਹੜਾ ਕਾਰਡ ਹੈ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਜਾ ਕੇ ਆਪਣੇ ਕਾਊਂਟ ਨੰਬਰ ਨਾਲ ਲਿੰਕ ਕਰਵਾਉਣਾ ਹੈ ਜੀ ਤੇ ਉਸ ਤੋਂ ਬਾਅਦ ਹੀ ਜਿਹੜੀ ਤੁਹਾਡੀ ਪੈਨਸ਼ਨ ਹੈ ਉਹ ਜਾਰੀ ਕੀਤੀ ਜਾਵੇਗੀ ਤੇ ਦੂਜੀ ਗੱਲ ਇਹ ਹੈ ਕਿ ਕਈ ਜ਼ਿਆਦਾ ਲੋਕਾਂ ਦੀ ਜਿਹੜੀ ਪੈਨਸ਼ਨ ਆ ਉਹ ਪਿਛਲੇ ਕਈ ਮਹੀਨੇ ਤੋਂ ਜਿਹੜੀ ਨਹੀਂ ਆ ਰਹੀ ਉਹਨਾਂ ਦੀ ਇਹ ਹੋ ਸਕਦਾ ਹੈ ਜੀ ਕੋਈ ਨਾ ਕੋਈ ਪ੍ਰੂਫ ਜਿਹੜਾ ਵਾ ਉਹ ਕੱਟ ਹੋਵੇਗਾ ਜਿਸ ਤੇ ਕਾਰਨ ਤੁਹਾਡੀ ਜਿਹੜੀ ਪੈਨਸ਼ਨ ਆ ਉਹ ਪਿੱਛੇ ਸਰਕਾਰ ਦੁਆਰਾ ਰੋਕੀ ਗਈ ਹੈ ਜੀ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਜਾ ਕੇ ਪੁੱਛੋ ਜੀ ਕਿ ਤੁਹਾਡਾ ਕਿਹੜਾ ਪ੍ਰੂਫ ਕੱਟ ਹੈ ਜਿਸ ਤੇ ਕਾਰਨ ਤੁਹਾਡੀ ਜਿਹੜੀ ਪੈਨਸ਼ਨ ਉਹ ਨਹੀਂ ਆ ਰਹੀ ਤੇ ਜਿਹੜੇ ਵੀ ਫਾਰਮ ਕੱਟ ਹੋਵੇਗਾ ਉਸ ਨੂੰ ਚੰਗੀ ਤਰ੍ਹਾਂ ਅਪਡੇਟ ਕਰਵਾ ਕੇ ਤੇ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਓ ਤੇ ਤਾਂ ਜੋ ਤੁਹਾਡੀ ਜਿਹੜੀ ਪੈਨਸ਼ਨ ਹੈ ਜਲਦੀ ਹੀ ਉਹ ਜਾਰੀ ਕੀਤੀ ਜਾ ਸਕੇ ਇਹ ਜਾਣਕਾਰੀ ਸੀ ਜੇਰੀਮੇਟਰ ਨਾਲ ਸੰਜੀਗਨ ਨੀਸੀ ਜੀ ਮਿਲਦੇ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ